ਮਿਤੀ 3/9/2023 ਨੂੰ SI ਜਸਪਾਲ ਨੂੰ ਇੱਕ ਇਤਲਾਹ ਮਿਲੀ ਸੀ ਕਿ ਮੇਜਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਲਹਿਰਾ ਬੇਗਾ ਥਾਣਾ ਨਥਾਣਾ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਜੋ ਕਿ ਚੋਰੀ ਦੇ ਮੋਟਰਸਾਈਕਲ ਸਮੇਤ ਗਰਚਾ ਰੋਡ 'ਤੇ ਜਾ ਰਿਹਾ ਜਿਸ ਦੀ ਜਿਹੜੀ ਪੱਕੀ ਇਨਫੋਰਮੇਸ਼ਨ ਇਤਲਾਹ 'ਤੇ FIR ਨੰਬਰ 425 ਦਰਜ ਕਰਕੇ ਅਮਲ ਵਿੱਚ ਲਿਆਂਦੀ ਅਤੇ ਨਾਕਾ ਲਾ ਕੇ ਉਸ ਨੂੰ ਦੋਸ਼ੀ ਨੂੰ ਸਮੇਤ ਚੋਰੀ ਦੇ ਮੋਟਰਸਾਈਕਲ ਗ੍ਰਿਫਤਾਰ ਕੀਤਾ। ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੌਰਾਨ ਇੱਕ ਦੋਸ਼ੀ ਹੋਰ ਜਿਹੜਾ ਬਲਜਿੰਦਰ ਸਿੰਘ ਜਿਹੜਾ ਕਿ ਮਿਸਤਰੀ ਦਾ ਕੰਮ ਕਰਦਾ ਵਾ ਜੋ ਇਹਦੇ ਨਾਲ ਰਲ ਕੇ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਅੱਗੇ ਉਹ ਅਲੱਗ ਅਲੱਗ ਥਾਵਾਂ 'ਤੇ ਵੇਚ ਦਿੰਦੇ ਸੀ, ਕੁਝ ਸਮਾਨ ਵੇਚ ਦਿੰਦੇ ਸੀ, ਉਹਨੂੰ ਵੀ ਗ੍ਰਿਫਤਾਰ ਕੀਤਾ। ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 3-3 ਮੋਟਰਸਾਈਕਲ ਮਾਰਕਾ ਪਲਟੀਨਾ ਡਿਸਕਵਰ ਸਪਲੈਂਡਰ ਬਰਾਮਦ ਕੀਤੇ ਨੇ ਜਿਨ੍ਹਾਂ ਦਾ ਅੱਗੇ ਪੁੱਛਗਿੱਛ ਕੀਤੀ ਆ। ਪੁੱਛਗਿੱਛ ਕਰਨ ਤੋਂ ਬਾਅਦ ਹੋਰ ਵੀ ਹੋ ਸਕਦਾ ਵੀ ਕੋਈ ਥਾਰੋਲੀ ਪੁੱਛਗਿੱਛ ਕਰਾਂਗੇ ਤਾਂ ਬਰਾਮਦਗੀ ਹੋ ਸਕਦੀ ਹੈ। ਜਿਹੜਾ ਮੇਜਰ ਸਿੰਘ ਆ ਇਹਦੇ 'ਤੇ ਪਹਿਲਾਂ ਵੀ 2 FIR ਦਰਜ ਨੇ ਨਥਾਣਾ ਥਾਣੇ ਦੇ ਵਿੱਚ, ਜਿਸ ਦੇ ਵਿੱਚ ਕਰੀਬ ਇਹਦੇ ਕੋਲ ਪਹਿਲਾਂ ਵੀ 10 ਮੋਟਰਸਾਈਕਲ ਉੱਥੇ ਬਰਾਮਦ ਹੋਏ ਸੀ। ਕਿੰਨੇ ਦਿਨ ਦਾ ਇਹਦਾ ਰਿਮਾਂਡ ਲਿਆ? ਇਹਨਾਂ ਦਾ 2 ਦਿਨ ਦਾ ਰਿਮਾਂਡ ਸੀਗਾ। ਉਹਦੇ 'ਚ ਪੁੱਛਗਿੱਛ ਕਰਾਂਗੇ, ਅਗਰ ਹੋਰ ਕੋਈ ਆ ਤਾਂ ਤੁਹਾਨੂੰ ਉਹ ਵੀ ਤੁਹਾਡੇ ਮੀਡੀਆ ਦੇ ਥਰੂ ਲੋਕਾਂ ਨੂੰ ਜਾਗਰੂਕ ਕਰਾਂਗੇ। ਔਰ ਜਿਨ੍ਹਾਂ ਤੋਂ ਮਤਲਬ ਥਾਵਾਂ ਤੋਂ ਚੋਰੀ ਹੋਏ ਨੇ ਉਹਨਾਂ ਨੂੰ ਬੁਲਾ ਕੇ ਕਾਨੂੰਨ ਕਾਇਦੇ ਅਨੁਸਾਰ ਜਿਹੜੇ ਇਹਨਾਂ ਦੇ ਵਹੀਕਲ ਉਹਨਾਂ ਨੂੰ ਦਿੱਤੇ ਜਾਣ। ਕਿੱਥੋਂ ਬਰਾਮਦ ਕੀਤੇ ਗਏ ਜੀ? ਇਹ ਜਿਹੜੇ ਮੋਟਰਸਾਈਕਲ ਨੇ ਇਹਨਾਂ ਦੇ ਪੁਜੈਸ਼ਨ 'ਚੋਂ ਹੀ ਇਹਨਾਂ ਦੇ ਘਰਾਂ 'ਚੋਂ ਚੋਰੀ ਜਿਹੜੇ ਨੇ, ਜਿਸ ਤਰ੍ਹਾਂ ਆਪਣੇ ਗੁਰਦੁਆਰਾ ਸਾਹਿਬ ਅੜੀਸਰ ਸਾਹਿਬ ਆ, ਕੋਰਟ ਕੰਪਲੈਕਸ ਆ, ਤਾਂ ਆਪਣੇ ਜਿਹੜਾ ਬਾਜ਼ਾਰ ਆ ਉਹਨਾਂ ਤੋਂ ਅਲੱਗ ਅਲੱਗ ਥਾਵਾਂ ਤੋਂ ਚੋਰੀ ਕੀਤੇ ਸੀ।